ਵਾਹਿਗੁਰੂ ਜੀ। ਅੱਜ ਮੈਂ ਤੁਹਾਨੂੰ ਪੰਜ ਚੀਜ਼ਾਂ ਦੱਸਣੀਆਂ ਨੇ ਜਿਹਨਾਂ ਤੁਸੀਂ ਮਨੀ ਸੇਵ ਕਰ ਸਕਦੇ ਹੋ ਅਤੇ ਪੈਸੇ ਵਧੀਆ ਬਣਾ ਸਕਦੇ ਹੋ। ਅਤੇ ਯੂਜੁਅਲੀ ਇਹ ਸਾਰੇ ਬਿਲੀਅਨਰਸ ਵੀ ਯੂਜ ਕਰਦੇ ਆ ਅਤੇ ਮੈਂ ਬੁੱਕਸ ਪੜ੍ਹ ਕੇ ਤੁਹਾਨੂੰ ਦੱਸਣ ਲੱਗਿਆ ਹੋਇਆ। ਸੋ ਧਿਆਨ ਨਾਲ ਸੁਣਿਓ। ਫਸਟ ਹੈਗਾ ਗੈਟ ਆਊਟ ਆਫ ਡੈਟ। ਸੋ ਪਰਸਨਲ ਡੈਟ ਜਿਹੜਾ ਹੈਗਾ ਉਹਦੇ ਤੋਂ ਬਾਹਰ ਨਿਕਲਣਾ ਤੁਸੀਂ। ਜਿਹੜਾ ਬਿਜ਼ਨਸ ਡੈਟ ਹੈਗਾ ਵਾ ਅਤੇ ਲੈਵਰੇਜ ਕਿੱਦਾਂ ਕਰਨੀ ਉਹ ਤੁਸੀਂ ਕਰ ਸਕਦੇ ਹੋ ਅਤੇ ਉਹਦੇ ਬਾਰੇ ਰੀਡ ਕਰੋ। ਲੈਵਰੇਜ ਕੀ ਹੁੰਦਾ ਵਾ ਅਤੇ ਕੰਪਾਊਂਡ ਇੰਟਰਸਟ ਕੀ ਹੁੰਦਾ ਵਾ ਅਤੇ ਉਹ ਤੋਂ ਪਹਿਲਾਂ ਤੁਹਾਡਾ ਗੇਮ ਪਲਾਨ ਕੀ ਆ, ਰਿਟਰਨ ਪਲਾਨ ਕੀ ਆ। ਤੁਸੀਂ ਰਾਈਟਿੰਗ ਦੇ ਵਿੱਚ ਕਿਤਾਬ ਚੱਕ ਕੇ ਉਹਦੇ ਵਿੱਚ ਲਿਖਣਾ ਤੁਹਾਡਾ ਪਲਾਨ ਕੀ ਆ। ਮੀਨਸ ਟੂ ਸੇ ਕਿੱਥੇ ਕਿੱਥੇ ਇਨਵੈਸਟ ਕਰਨਾ, ਕਿੱਦਾਂ ਇਨਵੈਸਟ ਕਰਨਾ ਅਤੇ ਕਿਹਦੇ ਵਿੱਚ ਇਨਵੈਸਟ ਕਰਨਾ। ਉਹ ਤੋਂ ਬਾਅਦ ਥਰਡ ਥਿੰਗ ਹੈਗੀ ਉਹ ਪੈਸਾ ਆਉਣਾ ਕਿੱਥੋਂ ਆ। ਤੁਸੀਂ ਪਾਰਟਨਰਸ਼ਿਪ ਕਰਨੀ ਆ, ਤੁਸੀਂ ਆਂਟਰਪ੍ਰਨਿਓਰਸ਼ਿਪ ਕਰਨੀ ਆ, ਤੁਸੀਂ ਆਪਣੀ ਕਾਰਪੋਰੇਸ਼ਨ ਖੋਲ੍ਹਣੀ ਆ, ਕਾਰਪੋਰੇਟ ਲਾਇਬਿਲਿਟੀ LLPs ਕਰਨੀਆਂ ਜਾਂ LLC ਕਰਨੀ ਆ, ਜਾਂ ਫਿਰ ਤੁਸੀਂ ਸੋਲ ਪ੍ਰੋਪਰਟੀ ਸ਼ਿਪ ਕਰਨੀ ਆ। ਸੋ ਕਿੱਦਾਂ ਕਰਨਾ ਤੁਸੀਂ ਅਸਲ ਦੇ ਵਿੱਚ, ਜਿਹੜਾ ਗੇਮ ਪਲਾਨ ਤੁਸੀਂ ਲਿਖਿਆ ਉਹਨੂੰ ਕਿੱਦਾਂ ਐਗਜੀਕਿਊਟ ਕਰਨਾ ਵਾ। ਹੁਣ ਤੁਹਾਡੇ ਕੋਲ ਪੈਸਾ ਆ ਗਿਆ, ਹੁਣ ਪੈਸਾ ਆਉਣ ਤੋਂ ਬਾਅਦ ਤੁਸੀਂ ਅਤੇ ਤੁਹਾਡੇ ਨਾਲ ਦੇ ਕਿੱਦਾਂ ਦੇ ਬੰਦੇ ਚਾਹੀਦੇ ਆ ਜਿਹਦੇ ਕੋਲ ਉਸ ਚੀਜ਼ ਦੀ ਨੌਲੇਜ ਹੈਗੀ ਆ, ਅਤੇ ਉਹ ਬੰਦੇ ਉਹ ਚੀਜ਼ 'ਚ ਪ੍ਰੋਫੈਸ਼ਨਲ ਹੋਣੇ ਚਾਹੀਦੇ ਆ। ਮੀਨਸ ਟੂ ਸੇ ਉਹਨਾਂ ਨੇ ਉਹ ਚੀਜ਼ ਕੀਤੀ ਹੋਣੀ ਚਾਹੀਦੀ ਆ, ਕਿਉਂਕਿ ਮੇਰੇ ਵਰਗੇ ਕਾਫੀ ਟਿਕਟੌਕ 'ਤੇ ਹੈਗੇ ਆ ਜਿਹੜੇ ਦੱਸ ਦਿੰਦੇ ਆ ਪਰ ਉਹਨਾਂ ਨੇ ਕੀਤਾ ਨਹੀਂ ਹੁੰਦਾ। ਸੋ ਮੀਨਸ ਟੂ ਸੇ ਮੈਂਟਰ ਚਾਹੀਦੇ ਆ ਤੁਹਾਨੂੰ। ਐਂਡ ਦ ਲਾਸਟ ਥਿੰਗ ਇਜ਼ ਪੇਸ਼ੈਂਸ, ਤੁਹਾਡੇ ਕੋਲ ਪੇਸ਼ੈਂਸ ਚਾਹੀਦੀ ਆ। ਫੋਰ ਐਗਜ਼ਾਮਪਲ ਰੀਅਲ ਅਸਟੇਟ ਜਿਹੜੀ ਹੈਗੀ ਆ ਉਹ ਇੱਕ ਦਿਨ 'ਚ ਨਹੀਂ ਬਣਦੀ ਜਾਂ 2 ਸਾਲ 'ਚ ਨਹੀਂ ਬਣਦੀ ਜਾਂ 3 ਸਾਲ 'ਚ ਨਹੀਂ ਬਣਦੀ। ਤੁਹਾਨੂੰ ਉਹ ਪੈਸੇ ਕਿੱਦਾਂ ਮਲਟੀਪਲਾਈ ਕਰਨੇ ਆ, ਉਹ ਰੀਫਾਈਨੈਂਸ ਕਿੱਦਾਂ ਕਰਨੇ ਆ, ਸੇਲ ਕਰਨ ਤੋਂ ਬਿਨਾਂ ਉਹ ਪੈਸੇ ਕੱਢਣੇ ਕਿੱਦਾਂ ਨੇ, ਹੀ ਲੋਕ ਕਿੱਦਾਂ ਲੈਣੀ ਆ, ਉੱਦਾਂ ਦੇ ਤੁਹਾਡੇ ਕੰਟੈਕਟ ਹੋਣੇ ਚਾਹੀਦੇ ਆ। ਅਤੇ ਉਹ ਪੈਸੇ ਕੱਢ ਕੇ ਉਹ ਤੋਂ ਬਾਅਦ ਉਹਨੂੰ ਰੀਇਨਵੈਸਟ ਕਿੱਦਾਂ ਕਰਨਾ ਵਾ, ਕਿਉਂਕਿ ਰੀਇਨਵੈਸਟਿੰਗ ਇਜ਼ ਦ ਗੇਮ। ਠੀਕ ਆ, ਪੈਸੇ ਕੱਢਣੇ, ਉਹਨੂੰ ਰੀਇਨਵੈਸਟ ਕਰਨਾ ਅਤੇ ਉਹ ਤੋਂ ਬਾਅਦ ਕੈਸ਼ ਫਲੋ ਐਸੈਟਸ ਬਣਾਉਣੇ ਆ। ਫੋਰ ਐਗਜ਼ਾਮਪਲ ਤੁਸੀਂ ਸਟਾਕ ਮਾਰਕੀਟ 'ਚ ਪਾਇਆ, ਉਹਦੇ ਤੋਂ ਡਿਵੀਡੈਂਡਸ ਆਉਂਦੇ ਆ ਤੁਹਾਨੂੰ, ਪਲੱਸ ਜਿਹੜੇ ਤੁਸੀਂ ਪੈਸੇ ਪਾਏ ਹੋਏ ਆ ਉਹਨਾਂ ਦੀ ਐਕੁਇਟੀ ਵੱਧ ਰਹੀ ਆ। ਤੁਸੀਂ ਪਾਏ ਹੋਏ ਨੇ ਰੀਅਲ ਸਟੇਟ ਦੇ ਵਿੱਚ, ਰੀਅਲ ਸਟੇਟ ਦੇ ਵਿੱਚ ਐਕੁਇਟੀ ਬਣੀ ਪਲੱਸ ਤੁਹਾਨੂੰ ਕੈਸ਼ ਫਲੋ ਬਣ ਰਿਹਾ। ਕੋਈ ਲੈਂਡ ਬਾਏ ਕੀਤੀ ਹੋਈ ਹੈ ਜਿਹਦੀ ਤੁਹਾਨੂੰ ਕੈਸ਼ ਫਲੋ ਨਹੀਂ ਆ ਰਿਹਾ, ਪਰ ਅੱਜ ਤੋਂ 5-10 ਸਾਲਾਂ ਨੂੰ ਉਹਦੀ ਐਕੁਇਟੀ ਇਨਕਰੀਜ਼ ਹੋ ਗਈ। ਫੋਰ ਐਗਜ਼ਾਮਪਲ 3-4 ਲੱਖ ਦੀ ਲੈਂਡ ਲਈ ਆ, ਹੁਣ ਤੁਹਾਡੀ ਉਹ 5-10 ਸਾਲਾਂ ਨੂੰ ਉਹ 1 ਮਿਲੀਅਨ ਜਾਂ 2 ਮਿਲੀਅਨ ਦੀ ਹੋਈ ਹੋਈ ਆ। ਲੋਕਾਂ ਨੇ ਪੈਸੇ ਬਣਾਏ ਆ, ਮੈਂ ਵੀ ਬਣਾਊਂਗਾ ਅਤੇ ਬਣਾ ਵੀ ਰਿਹਾ ਅਤੇ ਤੁਸੀਂ ਵੀ ਬਣਾਓ। ਖਿੱਚ ਕੇ ਰੱਖੋ ਕੰਮ ਅਤੇ ਕਮੈਂਟਸ ਕਰਕੇ ਜ਼ਰੂਰ ਦੱਸੋ ਜੇ ਤੁਹਾਨੂੰ ਇਹ ਵੀਡੀਓ ਹੈਲਪਫੁਲ ਆ ਤੁਹਾਡੇ ਵਾਸਤੇ। ਥੈਂਕ ਯੂ।